ਹਾਂਜੀ ਕਿਦਾਂ ਸਾਰੇ ਠੀਕ ਠਾਕ ਹੋ ਮੈਂ ਵੀ ਠੀਕ ਆ ਤੇ ਕਰਨ ਔਜਲੇ ਦਾ ਗਾਣਾ ਡੋਂਟ ਲੁੱਕ ਲੀਕ ਹੋ ਚੁੱਕਿਆ ਜੀ ਕਹਿੰਦੇ ਕੁਛ ਕਿਪੈਰ ਅਲੀਕ ਹੋ ਚੁੱਕਿਆ ਹੋ ਗਿਆ 2-3 ਸਾਲ ਵਾਂਗੂ ਮਤਲਬ ਇਹਦੀ ਗੱਲ ਚੱਲ ਰਹੀ ਆ ਡੋਂਟ ਲੁੱਕ 2 ਦੀ ਤੇ ਲੀਕ ਹੋਇਆ ਵੈਸੇ ਬਹੁਤ ਮਾੜੀ ਗੱਲ ਕਰਨ ਔਜਲੇ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਹੁੰਦਾ ਲੀਕ ਹੋਇਆ ਗਾਣਾ ਮਾੜੀ ਗੱਲ ਆ ਮੈਂ ਤਾਂ ਇਹੀ ਚਾਹਣਾ ਵੀ ਹੁਣ ਗਾਣਾ ਰਿਲੀਜ਼ ਹੀ ਕਰ ਦਿੱਤਾ ਜਾਵੇ ਹਨ ਤੇ ਆਪਾਂ ਕਰਦੇ ਆ ਚੈੱਕ ਆ ਜੋ ਪੰਜਾਬੀ ਗਿਆਨ ਵਾਲਾ ਬਾਈ ਕੀ ਕਹਿੰਦਾ ਕੀ ਨਹੀਂ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤਾਂ ਡੋਂਟ ਲੁੱਕ ਟੂ ਗਾਣੇ ਦਾ ਨਾਮ ਸੁਣਦੇ ਹੋਏ ਨੇ ਲਗਭਗ ਆਪਾਂ ਨੂੰ 3.5 ਸਾਲ ਦਾ ਟਾਈਮ ਹੋਣ ਵਾਲਾ ਕਿਉਂਕਿ ਆਪਾਂ ਨੇ ਚੰਗੀ ਤਰ੍ਹਾਂ ਯਾਦ ਵੀ ਉਦੋਂ ਆਪਾਂ ਨੇ ਚੈਨਲ ਬਣਾਇਆ ਹੀ ਸੀਗਾ ਜਦੋਂ ਔਜਲੇ ਦਾ 6 ਗਾਣਾ ਆਇਆ ਸੀ ਤਾਂ ਜਦੋਂ ਜੇ ਠੀਕ ਹੈ ਬਾਈ ਨੇ ਉਹ ਚੈਨਲ ਬਣਾਇਆ ਬਣਾਇਆ ਸੀ ਜਦੋਂ ਡੋਂਟ ਲੁੱਕ ਟੂ ਆਪਣਾ ਨਹੀਂ ਸੌਰੀ ਡੋਂਟ ਲੁੱਕ 1 ਆਇਆ ਸੀ ਨਾ ਜਦੋਂ ਮਤਲਬ ਡੋਂਟ ਲੁੱਕ ਕੱਲਾ ਹੀ ਆਇਆ ਸੀਗਾ ਉਦੋਂ ਬਾਈ ਪੰਜਾਬੀ ਗਾਇਕਾਂ ਵਾਲੇ ਨੇ ਕੱਲਾ ਮਤਲਬ ਚੈਨਲ ਬਣਾਇਆ ਬਣਾਇਆ ਸੀ ਉਦੋਂ ਰਿਲੀਜ਼ ਹੋਇਆ ਸੀ ਔਜਲੇ ਦਾ ਲੈਟਨ ਪਲੇ ਗਾਣਾ ਆਉਣਾ ਸੀਗਾ ਤਾਂ ਉਸ ਤੋਂ ਪਹਿਲਾਂ ਔਜਲਾ ਇੱਕ ਵਾਰ ਲਾਈਵ ਆਇਆ ਸੀਗਾ ਜਿੱਥੇ ਕਿ ਤੁਸੀਂ ਨੇ ਦੇਖਿਆ ਵੀ ਹੋਗਾ ਉਹ YouTube ਤੇ ਲਾਈਵ ਤੇ ਆਪਣੇ ਚੈਨਲ ਤੇ ਵੀ ਪਿਆਗਾ ਜਿੱਥੇ ਕਿ ਉਹ ਜਿਹੜਾ ਸਮੁੰਦਰ ਦੇ ਵਿੱਚ ਫਨ ਸ਼ੈਨ ਕਰ ਰਿਹਾ ਸੀ ਤੇ ਉੱਥੇ ਲਾਈਵ ਹੋਇਆ ਸੀਗਾ ਤਾਂ ਉਦੋਂ ਪਹਿਲੀ ਵਾਰ ਗੱਲ ਕੀਤੀ ਸੀ ਡੋਂਟ ਲੁੱਕ ਟੂ ਗਾਣੇ ਬਾਰੇ ਬਟ ਆਪਾਂ ਨੂੰ ਇਸ ਗਾਣੇ ਬਾਰੇ ਕੁਝ ਵੀ ਸੁਣਨ ਨੂੰ ਨਹੀਂ ਮਿਲਿਆ ਹੁਣ ਤੱਕ ਸਿਰਫ ਇਹ ਹੀ ਔਜਲਾ ਹੁਣ ਵੈਸੇ ਇੱਕ ਮਤਲਬ 1 ਮਿੰਟ ਦਾ ਕਿ 1/2 ਸੈਕਿੰਡ ਦਾ ਮਤਲਬ ਵਾਇਰਲ ਜਿਹਾ ਹੋਇਆਗਾ ਉਹ ਗਾਣਾ ਮਤਲਬ ਡੋਂਟ ਲੁੱਕ ਟੂ ਤੇ ਦੇਖੋ ਮੈਂ ਤਾਂ ਇੰਗਾ ਕਹਣਾ ਵੀ ਲੋਕਾਂ ਨੂੰ ਸੁਣਨ ਤੋਂ ਪਹਿਲਾਂ ਸਾਰਾ ਗਾਣਾ ਆਉਣ ਨੂੰ ਲੀਕਤਾ ਹੋਈ ਜਾਂਦੇ ਗਣੇ ਵੀ ਆਉਣ ਤੋਂ ਪਹਿਲਾਂ ਪਹਿਲਾਂ ਗਾਣਾ ਪੂਰਾ ਰਿਲੀਜ਼ ਕਰਨਾ ਹੋਇਆ ਕਰੀ ਦੇਵੇ ਰਿਲੀਜ਼ ਹੀ ਕਰ ਦੇਵੇ ਗਾਣਾ ਉਹ ਵੀ ਸੁਣਾ ਜਾਵੇ ਤਾਂ ਵਧੀਆ ਗੱਲ ਆ ਲੀਕ ਹੋਏ ਮੁੜ ਕੇ ਉਤਵਾ ਉਹ ਗੱਲ ਜੀ ਬਣਦੀ ਨਹੀਂ ਹੈ ਦਾ ਵੀ ਇਹ ਗਾਣਾ ਵੀ ਛੱਡਾਂਗੇ ਪਰ ਇਥੇ ਤੁਹਾਨੂੰ ਅਪਡੇਟਸ ਕੁਝ ਕੁ ਦੇ ਦਈਏ ਇਸ ਗਾਣੇ ਬਾਰੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਵੀ ਕੁਝ ਸਮਾਂ ਪਹਿਲਾਂ ਯਾਨੀ ਕਿ ਅੱਜ ਤੋਂ 2 ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਗਾਣੇ ਦੀਆਂ ਕੁਝ ਕੁ ਲਾਈਨਾਂ ਲੀਕ ਹੋਈਆਂ ਸੀ ਜੋ ਕਿ ਕੁਝ ਇਸ ਤਰ੍ਹਾਂ ਸੀ ਵੀ ਸਾਡੀ ਨਿਭਣੀ ਹੈ ਕਿਥੋਂ ਤੂੰ ਅਮਰੀਕਾ ਮੈਨ ਲੈ ਦੇਣਾ ਹੁਣ ਇਸ ਗਾਣੇ ਬਾਰੇ ਕੁਝ ਕੁ ਪਤਾ ਲੱਗਿਆ ਕਿ ਗਾਣਾ ਸ਼ਾਇਦ ਡੋਂਟ ਲੁੱਕ ਟੂ ਹੋ ਸਕਦਾ ਕਿਉਂਕਿ ਇਸ ਗਾਣੇ ਦੀ ਇੱਕ ਹੋਰ ਲਾਈਨ ਕੁਝ ਕੁ ਫੈਨ ਪੇजेस ਦੇ ਵੱਲੋਂ ਸ਼ੇਅਰ ਕੀਤੀ ਜਾ ਰਹੀ ਹੈ ਮੈਂ ਸਮ ਸੁਣੀ ਨਹੀਂ ਹੈਗੀ ਸੁਣੂੰਗਾ ਮੈਂ ਤੇ ਤੁਹਾਨੂੰ ਵੀ ਹੋ ਸਕਦਾ ਮਗਰ ਅੱਗੇ ਜਦੋਂ ਰੈਕਸ਼ਨ ਕਰੂੰਗਾ ਨਾ ਕਿਸੇ ਵੀਡੀਓ ਦੇ ਵਿੱਚ ਮਤਲਬ ਡਾਉਟ ਲੁੱਕ ਦੇ ਉਹਦੇ ਵਿੱਚ ਮਤਲਬ ਦੁਬਾਰੇ ਰੈਕਸ਼ਨ ਕਰਾਂਗਾ ਉਹਦੇ ਵਿੱਚ ਮੈਂ ਪਾ ਦੂੰਗਾ ਇੱਕ ਕਲਿੱਪ ਜੋ ਕਿ ਕੁਝ ਇਸ ਤਰ੍ਹਾਂ ਹੈ ਕਿ ਹੋਜੂ ਬੈਲੀ ਨਾਲ ਪਿਆਰ ਡਾਉਟ ਲੁੱਕ ਹੋ ਰਹੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ 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 ਪਈਏ ਬਾਕੀ ਤੁਹਾਡਾ ਉਹ ਜੋ ਬੈਲੀਨਾ ਪਿਆਰ ਡਾਂਟ ਲੁੱਕ ਹੋ ਰਹੀਏ ਹਾਈ ਕੀ ਕਹਿਣਾ ਇਸ ਚੀਜ਼ ਬਾਰੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਕਿਹਨੂੰ ਕਿਹਨੂੰ ਵੇਟ ਆ ਜੀ ਇਸ ਗਾਣੇ ਦੀ ਤੇ ਲੱਗਦਾ ਵੀ ਇਹ ਗਾਣਾ ਵੀ ਪਹਿਲੇ ਵਰਜ਼ਨ ਦੀ ਤਰ੍ਹਾਂ ਪੂਰੀ ਧਮਾਲਾ ਪਾਉਣ ਵਾਲਾਗਾ ਜਦੋਂ ਵੀ ਆਇਆ ਬਸ ਹੁਣ ਔਜਲੇ ਧਮਾਲਾ ਦਾ ਕੋਈ ਗਾਣਾ ਹੋਵੇ ਕਰਨ ਔਜਲੇ ਦਾ ਪਿਆ ਪੀ ਗਿਆ ਨਾਲੇ ਭਾਈ ਮੰ ਲੰਦਾ ਪੈਂਡਿੰਗ ਹੀ ਪੈਂਡਿੰਗ ਹੋਰ ਉਹ ਨਹੀਂ ਕਿ ਰਿਕੁਐਸਟ ਕਰਦੇ ਆਂ ਵੀ ਯਾਰ ਗਾਣਾ ਹੁਣ ਮੜਾ ਜਾਂ ਜਲਦੀ ਰਿਲੀਜ਼ ਕਰੀ ਦਿਓ ਕਿਤੇ ਰਿਲੀਜ਼ ਹੋਣ ਤੋਂ ਪਹਿਲਾਂ ਹਾਂ ਇਹ ਗੱਲ ਸਹੀ ਆ ਯਾਰ ਗਾਣਾ ਮਤਲਬ ਰਿਲੀਜ਼ ਹੋ ਜਾਣਾ ਚਾਹੀਦਾ ਪਤਾ ਕਿਉਂ ਮੁੜ ਕਿਉਂ ਗੱਲ ਜੀ ਬਣਦੀ ਨਹੀਂ ਹੈਗੀ ਫਿਰ ਤਾਂ ਲੀਕ ਨਾ ਹੋ ਜੇ ਜਿੱਥੇ ਕਿ ਪਹਿਲਾਂ 2-3 ਲਾਈਨਾਂ ਹੋਈਆਂ ਸੀਗੀਆਂ ਤਾਂ ਫਿਰ ਯਾਰ ਸਾਰਾ ਸਵਾਦ ਹੀ ਇਸ ਗਾਣੇ ਦਾ ਖਰਾਬ ਦੋ ਤਿੰਨ ਲਾਈਨਾਂ ਵੈਸੇ ਮੈਂ ਇੱਕ ਲੈਣ ਸੁਣੀ ਸੀਗੀ ਵੀ ਮਤਲਬ ਕਹਿੰਦੇ ਇੱਕ ਲੈਣੀ ਹੋਈ ਆ ਆਪਾਂ ਕੋਈ ਚੈੱਕ ਕਰਾਂਗੇ ਫਿਰ ਤੁਹਾਨੂੰ ਮੈਂ ਜ਼ਰੂਰ ਇਹਦੇ ਉੱਤੇ ਵੀਡੀਓ ਬਣਾ ਕੇ ਮੈਂ ਜ਼ਰੂਰ ਅਪਲੋਡ ਕਰੂੰਗਾ ਹੀ ਕਰੂੰਗਾ ਹੋ ਜਾਣਾ ਤੁਹਾਨੂੰ ਵੀ ਪਤਾਗਾ ਇਹ ਚੀਜ਼ਾਂ ਫਿਰ ਪਹਿਲਾਂ ਹੀ ਸੁਣ ਕੇ ਉਹ ਗੱਲ ਜੀ ਨਹੀਂ ਬਣਦੀ ਹੈਗੀ ਬਾਕੀ ਦੇਖਦੇ ਆ ਵੀ ਹੁਣ ਕਦੋਂ ਤੱਕ ਇਸ ਗਾਣੇ ਬਾਰੇ ਅਪਡੇਟ ਮਿਲਦੀ ਹੈਗੀ ਤੇ ਜਲਦੀ ਮਿਲਦੇ ਕਿਸੇ ਹੋਰ ਨਵੀਂ ਵੀਡੀਓ 'ਚ ਕਿਸੇ ਨਵੀਂ ਅਪਡੇਟ ਦੇ ਨਾਲ ਓਕੇ ਜੀ ਡਾਟ ਲੁੱਕ ਟੂ ਰਿਲੀਜ਼ ਕਰ ਦੇ ਬਾਈ ਕਰਨਾ ਅੱਲਾ ਤਾਂ ਬੋਲੀ ਵਧੀਆ ਗੱਲ ਆ ਲੀਕ ਤਾਂ ਮਾੜੀ ਗੱਲ ਆ ਹੋ ਜੇ ਤਾਂ ਜੇ ਵੀ ਲੀਕ ਹੋ ਗਿਆ ਤਾਂ ਸਾਰਾ ਉਹਦਾ ਦੋ ਤਿੰਨ ਬਾਰੇ ਕਹੀ ਜਾਂਦੇ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਭੁੱਲਿਓ ਓਕੇ ਬਾਈ ਲਵ ਯੂ